ਇੱਥੇ ਤੁਹਾਡੇ ਕਹਿਣ ਦਾ ਮਤਲਬ ਬਾਪੂ ਜੀ ਬਈ ਜਿਹਨਾਂ ਪਬਲਿਕ ਦੇ ਉੱਤੇ ਦਬਾਅ ਹੈਗਾ, ਦਬਾਅ ਯਾਨੀ ਉਹਨਾਂ ਦੇ ਹੱਕਾਂ ਦਾ ਹਨਨ ਹੋ ਰਿਹਾ, ਹੱਕ ਪੂਰੇ ਨਹੀਂ ਮਿਲ ਰਹੇ, ਇੰਨਾ ਦਬਾਅ ਉਹਨਾਂ 'ਤੇ ਹੈਗਾ, ਉਹਨੇ ਕਦੇ ਨਾ ਕਦੇ ਫੁੱਟਣਾ ਆ ਆਉਣ ਵਾਲੇ ਟਾਈਮ। ਅਤੇ ਅਗਲਾ ਬਾਪੂ ਜੀ ਦੇ ਨਾਲ ਰਿਲੇਟਡ ਜਿਹੜਾ ਹੈਗਾ ਲੋਕਾਂ ਦੇ, ਜਿਹੜੇ ਆਪਾਂ ਹੱਕਾਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਕੁਛ ਆਪਣੀਆਂ ਡਿਊਟੀਜ਼ ਵੀ ਹੈਗੀਆਂ ਜੀ ਉਹਨਾਂ ਨਾਲ? ਉਹ ਤਾਂ ਮੈਂ ਪਹਿਲਾਂ ਕਹਿਤਾ, ਜਦੋਂ ਉਹਦਾ ਹੱਕਦਾਰ ਬਣਦਾ ਹੀ ਨਹੀਂ, ਹੱਕ ਮੰਗਦਾ ਹੈ, ਉਹ ਵੀ ਸ਼ੈਤਾਨ ਹੈ। ਜਿਹੜਾ ਤਾਂ ਇਮਾਨਦਾਰ ਆਦਮੀ ਹੈ ਉਹਦਾ ਹੱਕ ਮੰਗੂ ਆਪਣਾ ਜਿੰਨਾ ਜਾਇਜ਼ ਹੈ, ਜਿਹੜਾ ਸ਼ੈਤਾਨ ਆ ਉਹ ਨਜਾਇਜ਼ ਹੱਕ ਮੰਗੂਗਾ। ਹੁਣ ਦੁਨੀਆ 'ਤੇ ਸ਼ੈਤਾਨ ਦੇ ਵਿੱਚ, ਦੁਨੀਆ 'ਚ ਜਿੱਥੇ ਰਾਜਾ ਸ਼ੈਤਾਨ ਹੋਵੇ ਪਬਲਿਕ ਵੀ ਸ਼ੈਤਾਨ ਹੀ ਹੁੰਦੀ ਹੈ। ਜਿਹੜੇ ਲੀਡਰ ਨੇ ਇਹ ਹੱਕਾਂ ਨੂੰ ਉਕਸਾਉਂਦੇ ਨੇ ਲੋਕਾਂ ਨੂੰ, ਹੱਕਾਂ ਖਾਤਰ ਉਕਸਾ ਕੇ ਪਬਲਿਕ ਨੂੰ ਮਗਰ ਲਾ ਕੇ ਰਾਜ ਲੈ ਕੇ ਆਪ ਹੱਕਾਂ ਦਾ ਹੀ ਹਨਨ ਫੇਰ ਕਰਦੇ ਨੇ, ਆਪ ਹੱਕਾਂ ਦਾ ਹਨਨ ਹੀ ਕਰਦੇ ਨੇ ਲੋਕਾਂ ਦਾ। ਦੂਈ ਸਰਕਾਰ ਨੂੰ ਬਦਨਾਮ ਕਰ ਲੈਂਦੇ ਨੇ, ਆਪ ਆ ਜਾਂਦੇ। ਇਹ ਤਾਂ ਸਾਰੇ ਹੀ ਬੰਦੇ ਜਿਹੜੇ ਹੁੰਦੇ ਨੇ, ਇਹ ਬੰਦੇ ਹੱਕ ਦੇਣ ਵਾਲੇ ਨਹੀਂ ਹੁੰਦੇ, ਹੱਕ ਖੋਹਣ ਵਾਲੇ ਹੀ ਹੁੰਦੇ ਨੇ। ਜਿਹੜੇ ਹੱਕ ਇਨਸਾਫ ਵਾਲੇ ਆਦਮੀ ਹੁੰਦੇ ਨੇ, ਇਮਾਨਦਾਰ ਹੁੰਦੇ ਨੇ, ਉਹ ਇਹ ਤਮਾਸ਼ਾ ਦੇਖਦੇ ਰਹਿੰਦੇ ਨੇ, ਤਮਾਸ਼ੇ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਕਰਨ ਦੇ ਵਿੱਚ। ਦਸਮ ਪਾਤਸ਼ਾਹ ਕਹਿੰਦੇ ਨੇ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਜਗਤ ਤਮਾਸ਼ਾ ਕੀ ਹੋ ਰਿਹਾ ਸੀ? ਜਗਤ ਤਮਾਸ਼ਾ ਇਹ ਹੋ ਰਿਹਾ ਸੀ, ਧਰਮ ਬਿਨਾਂ ਸਭ ਦਲੇ ਮਲੇ ਹੈ। ਉਹਦਾ ਦਲੇ ਮਲੇ ਹੋ ਰਿਹਾ ਸੀ ਲੋਕਾਂ ਦੇ ਉੱਤੇ। ਉਹ ਕਹਿੰਦੇ ਮੈਂ ਤਾਂ ਦੇਖਦਾ, ਕਿਉਂ ਦੇਖਦਾ? ਇਸ ਕਰਕੇ ਦੇਖਦਾ ਕਿ ਇਹ ਜਿਹੜੇ ਲੋਕ ਨੇ ਇਹ ਵੀ ਬਾਗੀ ਹੋਏ ਹੋਏ ਨੇ ਸੱਚ ਤੋਂ, ਜਿਨ੍ਹਾਂ ਦੇ ਦਲੇ ਮਲੇ ਜਾਂਦੇ ਨੇ। ਇਹਨਾਂ ਨੂੰ ਦੁੱਖ ਜਿਹੜੇ ਦਿੱਤੇ ਨੇ ਪਰਮੇਸ਼ਰ ਨੇ, ਦਾਰੂ ਹੈ ਇਹਨਾਂ ਵਾਸਤੇ। ਅੱਜ ਪਬਲਿਕ ਨੂੰ ਰੱਬ ਯਾਦ ਆਉਂਦਾ, ਹੁਣ ਤਾਂ ਕਿਉਂ ਨਹੀਂ ਆਇਆ? ਜੇ ਸੁੱਖ ਰਹਿਣ ਪਬਲਿਕ ਨੂੰ ਕਦੇ ਰੱਬ ਨਹੀਂ ਯਾਦ ਆਉਂਦਾ, ਜਦ ਦੁੱਖ ਆਉਂਦੇ ਨੇ ਫਿਰ ਆਉਂਦਾ ਯਾਦ। ਹੁਣ ਤਾਂ ਜਿਹੜੇ ਸਿੱਖ ਨੇ ਇਹਨਾਂ ਦੇ ਗੁਰਦੁਆਰਿਆਂ 'ਚ ਕੀ ਹੋ ਰਿਹਾ ਸੀ? ਇਹਨਾਂ ਅਕਾਲੀਆਂ ਦੇ ਮਗਰੇ ਸੀ, ਇਹਨਾਂ ਨੂੰ ਨਹੀਂ ਪਛਾਣ ਹੋਈ ਅਕਾਲੀ ਕੀ ਨੇ। ਅੱਜ ਪਤਾ ਲੱਗਿਆ ਵੀ ਇਹ ਤਾਂ ਅਕਾਲੀ, ਉਹ ਇੰਦਰਾ ਨੇ ਤਾਂ ਇੱਕ ਉਹ ਸਰਕਾਰ ਨੇ ਤਾਂ ਬਿਲਡਿੰਗ ਢਾਹੀ ਸੀ ਇੱਕ, ਇਹਨਾਂ ਨੇ ਜਿਹੜਾ ਜਿਹਨੂੰ ਗੁਰੂ ਮੰਨਦੇ ਆ ਉਹਦੇ ਹੀ ਪੱਤਰੇ ਜਿਹੜੇ ਪਰਨੇ ਸੀ ਉਹਦੇ ਅੰਗ ਪੜਾ ਕੇ ਗੜੀਆਂ 'ਚ ਰੋੜਤੇ। ਉਹਨਾਂ ਨੇ ਤਾਂ ਇਹ ਕੰਮ ਦੁਸ਼ਮਣ ਨੇ ਤਾਂ ਕੀਤਾ ਨਹੀਂ ਕਦੇ, ਇਹ ਕੰਮ ਇਹ ਤਾਂ ਕੰਮ ਕਦੇ ਮੁਸਲਮਾਨਾਂ ਨੇ ਵੀ ਨਹੀਂ ਕੀਤਾ। ਉਹ ਮੁਸਲਮਾਨਾਂ ਦੀ ਲੜਾਈ ਧਰਮ ਨਾਲ ਨਹੀਂ ਸੀ, ਜਿਹੜੇ ਅਸਲੀ ਮੁਸਲਮਾਨ ਸੀ ਉਹਨਾਂ ਦੀ ਕੋਈ ਲੜਾਈ ਨਹੀਂ ਸੀ। ਜੇ ਹੁੰਦੀ ਲੜਾਈ ਤਾਂ ਮੀਆਂ ਮੀਰ ਨਿਉਂ ਕਿਉਂ ਰੱਖਦਾ ਦਰਬਾਰ ਸਾਹਿਬ ਦੀ? ਜਿਹੜੇ ਮੁਸਲਮਾਨ ਧਰਮੀ ਨਹੀਂ ਸੀਗੇ, ਕੱਟੜਵਾਦੀ ਸੀ, ਉਹਨਾਂ ਦੀ ਵੀ ਲੜਾਈ ਇਸ ਕਰਕੇ ਸੀ ਵੀ ਇੰਨੀ ਸ਼ਕਤੀਸ਼ਾਲੀ ਨਾ ਹੋ ਜਾਣ ਇਹ ਵੀ ਸਾਡੇ 'ਤੇ ਰਾਜ ਕਰ ਲੈਣ, ਉਹ ਕੰਪਰੋਮਾਈਜ਼ ਕਰ ਲੈਂਦੇ ਸੀ। ਹੁਣ ਇਹਨਾਂ ਨੇ ਬੀਜੇਪੀ ਵਾਲਿਆਂ ਨਾਲ ਕੰਪਰੋਮਾਈਜ਼ ਕਿਉਂ ਕੀਤਾ? ਅਕਾਲੀਆਂ ਨੇ ਬੀਜੇਪੀ ਵਾਲੇ ਤਾਂ ਦੁਸ਼ਮਣ ਨੇ ਸਿੱਖੀ ਦੇ, ਅਸਲ 'ਚ ਅਕਾਲੀ ਵੀ ਸਿੱਖੀ ਦੇ ਦੁਸ਼ਮਣ ਨੇ। ਧਰਮੀ ਬੰਦੇ ਹਰੇਕ ਧਰਮ 'ਚ ਹੁੰਦੇ ਆ, ਤੁਸੀਂ ਧਰਮ ਦਾ ਕੋਈ ਬਿਰਲਾ ਬਿਰਲਾ ਹੁੰਦਾ, ਬਾਕੀ ਧਰਮੀ ਹੁੰਦੇ ਨੇ। ਜਦੋਂ ਮੁਸਲਮਾਨਾਂ ਦੀ ਆਪਾਂ ਗੱਲ ਕੀਤੀ ਹੈ ਉਦੋਂ ਉਹ ਧਰਮੀ ਵੀ ਸੀਗੇ? ਜਿਹੜੇ ਧਰਮੀ ਬੰਦੇ ਹੁੰਦੇ ਨੇ ਉਹ ਸਾਰੇ ਇੱਕ ਹੁੰਦੇ ਨੇ, ਉਹ ਦੋ ਹੁੰਦੇ ਹੀ ਨਹੀਂ। ਹੁਣ ਫਰੀਦ ਹੈ ਮੁਸਲਮਾਨਾਂ 'ਚੋਂ ਆਇਆ, ਬਾਣੀ ਜਿਹੜੀ ਰਚੀ ਹੈ ਉਹਦੀ ਵਿਚਾਰਧਾਰਾ ਇੱਕ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹਨੂੰ ਧਰਮੀ ਅਸੀਂ ਕਹਿ ਸਕਦੇ ਹਾਂ। ਫਰੀਦ ਨੂੰ ਮੰਨਣ ਵਾਲੇ ਧਰਮੀ ਨੇ। ਹੁਣ ਫਰੀਦ ਨੂੰ ਜਿਹੜੇ ਮੰਨਣ ਵਾਲੇ ਨੇ ਹਿੰਦੂ ਵੀ ਨੇ, ਸਿੱਖ ਵੀ ਨੇ, ਮੁਸਲਮਾਨ ਵੀ ਨੇ। ਕਬੀਰ ਮੁਸਲਮਾਨਾਂ ਦੇ ਘਰ ਦਾ ਜਨਮ, ਕਬੀਰ ਨੂੰ ਮੰਨਣ ਵਾਲੇ ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਸਿੱਖ ਵੀ ਨੇ, ਅੰਗਰੇਜ਼ ਵੀ ਨੇ। ਉੱਥੇ ਤਾਂ ਕੋਈ ਰੌਲਾ ਹੀ ਨਹੀਂ ਜਿੱਥੇ ਧਰਮ ਹੈ, ਰੌਲਾ ਹੀ ਆ ਜਿੱਥੇ ਧਰਮ ਦੇ ਨਾਂ 'ਤੇ ਧਰਮ ਹੈ, ਰੌਲਾ ਉੱਥੇ ਹੈ। ਜਦ ਧਰਮ ਦੇ ਨਾਂ 'ਤੇ ਧਰਮ ਹੋ ਜਾਂਦਾ, ਗਰੁੱਪੀਜ਼ਮ ਹੋ ਜਾਂਦੀ ਹੈ, ਆਹ ਸਾਡੀ ਕੌਮ ਹੈ, ਆਹ ਸਾਡਾ ਆਹ ਹੈ, ਵੱਖਰਾ ਹੋ ਜਾਂਦਾ, ਉਹ ਡੁਪਲੀਕੇਟ ਧਰਮ ਹੁੰਦਾ, ਸੰਪਰਦਾਇਕਤਾ ਹੁੰਦੀ ਹੈ, ਉਹ ਧਰਮ ਹੁੰਦਾ ਹੀ ਨਹੀਂ। ਉਹ
संप्रदायकता धर्म कह लगे होंगे संप्रदायकता की डेफिनेशन नहीं अज तक आई। मैनू पता है जो रौला पे भी संप्रदायकता की है धर्म की है अकालियों को पुछते थे बड़े बड़े है जो विद्वान ने अही थी मराली सारे ने राजीव दे राज की गल है मैं पता है राजीव द नहीं इंदिरा गांधी का राज सी इंदिरा दे राज दे वेले दी गल है संप्रदायकता की है ये तो डिस्कशन हुई सी जवाहर लाल वेले भी हुंदी रही सी संप्रदायकता धर्म दे विच फर्क नहीं सी किसे नूं पता। मैं बाबे चेसा नूं कहा सी वी मैं दसदा की है आपां दस दईए कहिंदे ते ते चुप नहीं कर हुंदा समाउ दस दिओ अजे नहीं दसणा इहनां नूं ठीक है हुण मैं दसदा दसता ना सानू जद भी पता सी की है इन्हों धर्म का ही ज्ञान है नहीं जिन्हों धर्म का ज्ञान है नहीं वह संप्रदायकता धर्म समझी जाते संप्रदायिकता बारे किसी भी धर्म ने नहीं कहा जी हूँ तक डेफिनेशन ऐसा कोई है नहीं हूँ तक धर्म की समझ हो आपे पता लग जू देखो उन्होंने गोल मोल गल कहती कहने खोटे को खरा कहें खरे सार ना जाना जिन्ना चेर थोनू धर्म की सच्चाई का पता नहीं लगता धर्म की सच्चाई का पता नहीं लगता सही धर्म की समझ नहीं आती खरे धर्म की समझ नहीं आती उस वेले खोटे धर्म में ही खरा धर्म मनी जाने अज तक सिख जो मनते ने खोटा धर्म जोड़ा प्रचार हों गुरमत का खोटा प्रचार से उन्होंने खरा मनते हूँ खोटा इन्होंने आप मन लिया भी खोट से असी गलत प्रचार किया एन जी पी सी ने खोटे को खरा कि चेर कहते खरे की सारण थी खरा कि दसा खरा दस आपने हूँ वो मन के भी ये खोटा इस करके भाई जो कोई खरा दसूगा तो ही खोटे का पता लगू नहीं तो खोटे को खरा मनी जाते हैं खरे साल ना जाने अंधे का नौ पारखू अंधे का नौ पारखू कली काल वडाणा ये कलयुग दे विच जा कल्पना दा इजाज है जिथे कल्पनक धर्म है जिहड़ा काल्पनक धर्म है जिथे उत्थे अंधे जिहड़े ने उन्हां नौ ब्रह्म ज्ञानी है पारखू ब्रह्म ज्ञानी धर्म की परख होवे जिहनूं खरे खोटे की परख होवे पारखू कौन है जिहनूं खरे खोटे की पछाण होवे वो पारखू है खरा सोना की है खोटा की है यदि परकी नूं जौरी नूं सुनियार नूं खो हीरे की परकी नूं सुनिया जौरी नूं इह मैं साचा झूठ की परकी नूं गुरमुख नूं हुण जद किसे नूं पता ही नहीं सच की है वो खोटे नूं खरा मन्नी गए ने लोग अज वो खोट जिहड़े प्रचार दे ते अकालियां नूं तां पता सी ये धर्म धुर्म की है अकाल तख्त की है जब आप अकाल तख्त के जहरदार से चढ़ के जाते थे वह बाथरूम पढ़ के पैदा सी हूँ अकाल तख्त महान है सरबुच है लोगों वास्ते सरबुच है ये सब फरौडी आदमी ने जिन्हें भी उत्ते ने सब जानते ने की है पब्लिक को मूर्ख बना के रखते हैं हूँ एक्सपोज हो गए सारे मतलब बाहरी दिखावा कुछ हो रहा है असल गल कुछ असल गल कुछ हो रहा है असल गल हो उन्हों का वो चलता नहीं वो तो पै दे के रखते हैं लोगों क्योंकि बहुत सारे विचार मतलब डिफरेंट आप अपनी बुद्ध है जेती आप ही अपनी बुद्ध वाले बखरी बखरी सोच वाले बंदे जेडे सिख से गुरु घर तो खिलाफ से गुरु घर ना जुड़े ही नहीं जेडे वो कट्ठे होए अंग्रेजा ने किते कट्ठे करके उन्होंने एक अकाली दल का वो गुरुद्वारे खोले उन्होंने तो अज तक अपना संविधान ही नहीं बने रैत मर्यादा का खाड़ा मंजूर ही नहीं होया कदे एकता ही नहीं हुई खड़े का खाड़ा ही पे एक मत हो ही नहीं क्यों गुरबतला का उन्होंने कोई वास्ता नहीं सी एक एक केड़े केड़े समय की गल है जी जी आप मर्यादा रहत मर्यादा का जो खड़ा आज अद्धा श्रोमणी कमेटी बनी है अच्छा जी हाँ 1920 के बाद 25 बाद जो खाड़ा बने खाड़ा ही पे हूँ तक मंजूर कद हो एकता हो ही नहीं इन्हों ना होता
हूँ तो खैर उही खिण गए, एक तो हो ही कह देना जी 100 साल च मैंने दस फलानी जगह आम सहमति नहीं बनी, मतलब इन्हों की बने नहीं सकती भाई। गुरमत तो बिना सहमति एकता हो ही नहीं सकती। गुरमत है सारे दुखी ने, सारे स्वार्थी ने, स्वार्थियों की कदम एकता हो ही है, स्वार्थियों की कदम एकता नहीं होती। ये सब स्वार्थी ने, स्वार्थी सियासतदान ने। जिथे अपना स्वार्थ आ गया उत्थे उत्थे भाई सकियां दी एकता नहीं रहिंदी घर च। धर्म स्वार्थ जिथे स्वार्थ उत्थे धर्म हुंदा ही नहीं, सीधी गल। जे स्वार्थी भी धर्म कहिंदे ने इह इह धर्म है, वह फरौड है धर्म दे नौते। इन्हां ने धर्म दे नौते फरौड कीता सिखां नाल, फरौड जाहिर हो गया, सिख हुण खिलाफ होए हुए ने, धक्के खाते फिरते ने। अजो सिखी दी अजो सिखा नू लोड नहीं, लोड इन्हां नू पैसे दी होई है। आम सिख नू गुरमत दी लोड नहीं है, क्योंकि गुरमत बिना साडा गुजारा नहीं है। आम सिख तो इत्थे की भाव है जी? आम सिख जिन्ने जिन्ने सिख ने जिहड़े बैठे ने इन्हां नू सिखी दी, जे सिखा नू लोड हुंदी जब इन्होंने कहा भी असी गुरमत का गलत प्रचार किया, मैं तो गर्दन गल के उन्होंने फटते, गुलामा क्यों फटते अकाल तख्त जयदार। अज तक किसी भी संस्था ने इन्होंने पूछा नहीं है कि जी तुम ये गल आम पब्लिक गले नहीं उठी, आम पब्लिक ने भी नहीं पूछा। संत समाज हुए या जोड़े किसी वो संत समाज विरोध से आप गुरमत धर्म प्रचारक बनते हैं ना, किसी ने नहीं पूछा, किसी ने नहीं पूछा, ना सिख पूछते हैं। ਮੈਂ ਇੰਨੀ ਵਾਰ ਕਿਹਾ ਕੋਈ ਨਹੀਂ ਪੁੱਛਦਾ। ਤੁਸੀਂ ਇਹ ਗੱਲ ਕਿਉਂ ਕਹੀ ਹੈ ਕਿ ਸਾਡਾ ਪ੍ਰਚਾਰ, ਤੁਸੀਂ ਇੰਨੇ ਪੈਸੇ ਇਕੱਠੇ ਕਰਕੇ ਕਿਉਂ ਕੀਤਾ ਗਲਤ ਪ੍ਰਚਾਰ? ਉਹ ਗਲਤ ਪ੍ਰਚਾਰ ਦਾ ਖਮਿਆਜਾ ਭੁਗਤ ਰਹੇ ਨੇ ਜੀ। ਇਹਨਾਂ 'ਚ ਸਿੱਧੂ ਵੜ ਗਿਆ, ਫਲਾਨਾ ਵੜ ਗਿਆ, ਇੱਕ ਦੂਏ ਦੇ ਗੱਦਾ, ਇਹ ਸਭ ਗੱਦਾਰ ਨੇ। ਗੁਰੂ ਦੇ ਗੱਦਾਰ ਹੈ ਜਿਹੜਾ, ਉਹ ਆਦਮੀ ਦਾ ਵਫ਼ਾਦਾਰ ਕਿਵੇਂ ਹੋਜੂ? ਬਹੁਤ ਵੱਡੀ ਗੱਲ ਹੈ। ਜਿਹੜਾ ਗੁਰੂ ਦਾ ਹੀ ਗੱਦਾਰ ਹੋ ਗਿਆ, ਜਿੱਥੇ ਸਵਾਰਥ ਆ ਗਿਆ ਉੱਥੇ ਗੱਦਾਰਾਂ ਦਾ ਹੀ ਟੋਲਾ ਹੁੰਦਾ ਸਵਾਰਥੀ, ਆਪਣੇ ਸਵਾਰਥ ਵਾਸਤੇ ਗੱਦਾਰੀ ਕਰੂਗਾ। ਗੁਰਮਤ ਦੇ ਵਿਰੋਧੀ ਨਹੀਂ ਜੀ ਤੁਹਾਡੇ ਕਹਿਣ ਦਾ ਭਾਵ? ਗੁਰਮਤ ਦੀ ਲੋੜ ਨਹੀਂ, ਵਿਰੋਧੀ ਨਹੀਂ, ਜੇ ਲੋੜ ਨਹੀਂ ਇਹਨਾਂ ਨੂੰ ਗੁਰਮਤ ਦੀ ਲੋੜ ਹੀ ਨਹੀਂ ਇਹਨਾਂ ਨੂੰ, ਜੇ ਵਿਰੋਧੀ ਨਹੀਂ ਤਾਂ ਲੋੜ ਵੀ ਹੈ ਜੀ। ਠੀਕ ਹੈ ਜੀ, ਜਿਹੜੇ ਤਾਂ ਵਿਰੋਧੀ ਇਹਨਾਂ ਤੋਂ ਚੁੱਪ ਕੀਤੇ ਨੇ, ਬੋਲਦੇ ਨਹੀਂ। ਠੀਕ ਹੈ, ਕਰ ਸਕਦਾ ਜਹਿਦਾਰ ਉਹਦੀ ਸ਼ਤਕ ਹੈ, 8 ਵਿਰੋਧ ਹੋ ਰਿਹਾ ਗੁਰਮਤ ਦਾ ਜੀ, ਉਹ ਬੋਲਦਾ ਕਹਿੰਦੇ ਨਹੀਂ, ਕਿਉਂ ਨਹੀਂ ਬੋਲਦਾ? ਉਹ ਕੋਈ ਗੁਰਮਤ ਲੱਗਦਾ ਉਹਨਾਂ ਦਾ ਮਤਲਬ ਕੋਈ ਨਹੀਂ, ਧੜੇਬੰਦੀ ਹੈ ਉੱਥੇ, ਧੜੇਬੰਦੀ। ਠੀਕ ਹੈ, ਜੇ ਧੜੇਬੰਦੀ ਹੈ ਉੱਥੇ ਗੁਰਮਤ ਕਿੱਥੇ? ਦੇਖੋ ਗੁਰਬਾਣੀ ਕਹਿੰਦੀ ਹੈ ਆਹ ਯੁੱਗ ਮੈਂ ਇੱਕ ਇੱਕ ਉਹ ਆਇਆ, ਏਕਤਾ ਕਰਾਉਣ ਆਇਆ ਸੀ ਦੁਨੀਆ ਦੀ। ਸਾਡੇ ਆਪਣੇ ਘਰ 'ਚ ਏਕਤਾ ਹੈ ਨਹੀਂ, ਸਿੱਖਾਂ ਦੇ ਆਪਣੇ ਘਰ 'ਚ ਏਕਤਾ ਹੈ ਨਹੀਂ। ਜਿੰਨੀ ਸਿੱਖਾਂ ਦੇ ਫੁੱਟ ਹੈ ਉਨੀ ਹਿੰਦੂਆਂ ਦੇ ਫੁੱਟ ਨਹੀਂ ਹੈ ਘਰ 'ਚ। ਆਹ ਜਿਹੜੀ ਇੱਥੇ ਬੈਠੇ ਨੇ ਸਿੰਘ ਬਾਰਡਰ 'ਤੇ ਬੈਠੇ ਨੇ, ਨਾ ਤਾਂ ਕਾਂਗਰਸ ਵਾਲੇ ਅੰਦਰੋਂ ਚਾਹੁੰਦੇ ਨੇ ਵੀ ਉਹ ਕਾਮਯਾਬ ਹੋ ਜਾਣ, ਕਿਉਂ ਉਹ ਵੀ ਤਾਂ ਨਾਲੇ ਸੀ, ਹਕੂਮਤ ਉਹਨਾਂ ਨੇ ਨਹੀਂ ਕੀਤੀ, ਉਹ ਵੀ ਜ਼ਿੰਮੇਵਾਰ ਨੇ ਇੱਥੇ ਤੱਕ ਪਹੁੰਚਣ ਦੇ, ਨਾ ਅਕਾਲੀ ਚਾਹੁੰਦੇ ਨੇ ਅੰਦਰੋਂ, ਕੋਈ ਵੀ ਨਹੀਂ ਚਾਹੁੰਦਾ। ਦੋਵੇਂ ਵੱਡੀਆਂ ਪਾਰਟੀਆਂ ਨੇ, ਦੋਵੇਂ ਚਾਹੁੰਦੀਆਂ ਨੇ ਵੀ ਉਹ ਫੇਰ ਹੋ ਜਾਣ, ਕਿਉਂ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ, ਇਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ, ਇਹਨਾਂ ਦਾ ਫਿਊਚਰ ਖਤਮ ਹੁੰਦਾ, ਇਹਨਾਂ ਨੂੰ ਆਪਣੇ ਫਿਊਚਰ ਦਾ ਫਿਕਰ ਹੈ, ਉਹਨਾਂ ਦਾ ਫਿਕਰ ਨਹੀਂ ਹੈ, ਸਵਾਰਥ ਆ ਗਿਆ ਨਾ ਉੱਥੇ, ਰੌਲਾ ਤਾਂ ਇੱਥੇ ਆ। ਹੁਣ ਇਹਨਾਂ ਦੇ ਇਕੱਠਾਂ 'ਚ ਵੀ ਲੋਕ ਜਾਂਦੇ ਨੇ, ਉਹਦੇ ਇਕੱਠਾਂ ਜਾਂਦੇ ਨੇ, ਉਹ ਇਹਨਾਂ ਦੇ ਨਾਲ ਨੇ ਸਵਾਰਥੀਆਂ ਅਤੇ ਉਹਨਾਂ ਦੇ ਨਾਲ ਨੇ, ਉਹਨਾਂ ਦਾ ਆਪਣਾ ਸਵਾਰਥ ਹੈ, ਇਕੱਠਾਂ ਜਾਣ ਵਾਲੇ ਹੁੰਦੇ। ਹੁਣ ਅਜੋ ਜਿਹੜੇ ਜਾਟ ਨੇ ਉਹਨਾਂ ਦਿਖਾਓ ਕਿਹੜਾ ਵਿਰੋਧ ਕਰਦਾ, ਇੱਧਰ ਸਿੱਧੂ ਹੈ ਉਹ ਲੱਖਾ, ਉਹ ਹੋਰੇ ਝੰਡਾ ਚੱਕੀ ਫਿਰਦੇ ਨੇ ਸਰਕਾਰ ਦੇ ਨਾਲ ਖਾਲਿਸਤਾਨ ਦਾ, ਤੁਸੀਂ ਖਾਲਿਸਤਾਨ ਬਣਾ ਲਓਗੇ? ਖਾਲਿਸਤਾਨ ਭਾਈ ਖਾਲਿਸਤਾਨ ਦਾ ਜਦ ਬਣਾਇਓ, ਜਦ ਖਾਲਸਾ ਕੀ ਹੁੰਦਾ? ਤੁਹਾਨੂੰ ਗੁਰਮਤਿ ਦਾ ਪ੍ਰੇਮ ਨਹੀਂ, ਖਾਲਿਸਤਾਨ ਤੁਸੀਂ ਬਣੋ, ਚੱਕੀ ਫਿਰਦੇ ਹੋ। ਖਾਲਿਸਤਾਨ ਹੈਗਾ ਗੁਰਮਤਿ ਜਾਂ ਦੁਨੀਆ ਮੰਨ ਲਊ, ਗੁਰਮਤਿ ਅਨੁਸਾਰ ਜਾਂ ਰਾਜ ਹੋਊ, ਹੱਕ ਇਨਸਾਫ ਦਾ, ਹੱਕ ਸੱਚ ਦਾ ਰਾਜ ਹੋਊ, ਆਪੇ ਖਾਲਿਸਤਾਨ ਹੈ। ਉਹ ਖਾਲਿਸਤਾਨ ਦਾ ਨਾਂ ਲੈ ਕੇ ਆਪਣਾ ਰਾਜ ਚਾਹੁੰਦੇ ਨੇ, ਵਰਤ ਲਓ ਖਾਲਿਸਤਾਨ ਦਾ ਲਫ਼ਜ਼ ਵਰਤ ਕੇ ਵੀ ਸਾਡਾ ਰਾਜ ਹੋ ਜਾਵੇ, ਇਹ ਦੁਨੀਆ ਪਾਗਲ ਹੈ। ਉਹ ਦੁਨੀਆ ਪਾਗਲ ਸੀਗੀ, ਹੁਣ ਨਹੀਂ ਹੈਗੀ ਪਾਗਲ, ਉਦੋਂ ਵੀ ਨਹੀਂ ਸੀ ਪਾਗਲ, ਬੋਲਦੇ ਨਹੀਂ ਸੀ,
बोलते ता नहीं सी भी एक्सपोज हो जाने ही एक्सपोज हो गए सारी पता है ये नहीं भी पब्लिक नूं पता नहीं पता है लीडर ही चाहते ने भी पंजाब की लीडरशिप आ जड़े नौजवानों नकल होंगी है पहला तो यह है वह कहते जन चले सी कहते आखे भाई कोई सैना ना आवे जन के बिच है ना मुखा वह कहते ठीक है वो कहते भाई सैना कहना कहना उत्थे जाके खाली आऊंगे तुसी मतलब जी ब्याहन चलने लड़की नहीं देनी उन्होंने सानू साबित कर देना बेवकूफ कोई फिर कहना की करिए वो कहते फलाने बंदे नू पेटी च पा के ले जाओ अच्छा। पेटी लैके जाते कपड़े कुपड़े लैके जाते ना सारे अपनी रजाइया बिस्तरे भी ले जाओ पेटी च पा के ले जाओ उन्होंने संदूक होंगे तो पेटी च पा के लैके कहने बुढ़े एक कहावत है एक मसाल है कोई उत्थे जाके वह कहते बरात चली गई कहते भी 100 बकरा खड़ा हाँ भी 100 आदमी आए बरात च नौजवान मुंडे सारे तकड़े 100 मुंडा चलिया गया नौजवान जो 40 साल से घट घट आए थे कहते भी 100 बकरा 100 आदमी हो एक एक बकरा खाना है तुसी जे तो खा गए तो फिर दवांगे नहीं खाली मुड़ जो पै गया फिक्र वो कहते सारे वही गल हुई जी तो डरते थे फिर बुढ़े नूं पुछया भाई हुण जिहड़ा संदूक च पाया सी वह कहना ऐ करो बकरा एक बढ़ लिया करो बना लिया करो खा लिया करो एक बढ़ लिया उन्हूं छिलण लग गए दूआ बढ़ लिया उन्हूं छिलण लग गए बनाई जाओ खाई जाओ तो उन्हूं मोटी मोटी आया करनी है 100 आदमी नूं 5-7 दिन लग जाने सारे ही खा जाऊंगे टाइम लिमिट तो उन्हें दी नहीं उन्होंने कह दो भाई टाइम लिमिट तो दी नहीं सानू रोटी ना खाओ फिर भी 2-2.5 किलो तो खाया जाता एक आदमी उदो तो ज़्यादा खा जाते उन्होंने जवान है हो तुम रोटी ना छड़ दो अबाल अबाल खाई जाओ जब 3 दिन हो गए उन्होंने 4 दिन उन्होंने कहता 100 खा जाएंगे वो कहते ठीक है ना भी थोड़े को बुढ़ा है कोई लेके आए तुम वो कहते बुढ़ा है नहीं कहते तुम खा ही नहीं सकते ये मंत्री वह दस्या जब उन्हें तला सी दे बुढ़ा पिछु निकल वो फिर हस पे कहने चलो ठीक है ले जाओ ये जो नौजवान ने इन्हों अकल होंगी है इन्हों की पता है आपस में ही लड़ पड़े कल अगे जे अतवादी से कह तड़े हुए थे उन्होंने पिछे ये तो सारे लीडर ने ठूए वो डंग चुकी फिरते ने कहते एक ठूए से 100 ठूह से कट्ठा एक थो तो ठूए कट्ठे ही पैदा होंगे किसी ने पूछा उत्थे फसल सी बढ़ी हुई थले जब चक्की तो ठूए निकले वो कहना भी थोड़े सरदार कौन है कहते जिंदी पूछ नूं हथ ला के देख लो उही सरदार है उन्हें डंग मार देने उन्होंने तो पूछना नहीं ये तो ठूए ने सारे सरदार ने तो चाहवान लाल चंदर हैगी है सारे आप दस कला कला लीडर है ना कोई किसी के थले नहीं चलना चाहता तो गुरमत हुंदी जे गुरु वाले हुंदे तो ऐ करते एक पंक्ति गुरु दी ये बोल के दिखाऊं कदे गुरबाणी ना तो इन्हों का लेना देना ही कोई नहीं लोगों का गुरबाणी की गल नहीं करते हक और सच का पता नहीं पुन और पाप का पता नहीं जुल्म का पता नहीं वो जुल्म तो जालम तो तुम आप हो जेड़ा राज करना चाहता है वह जालम है दुए नूं दबा के रखना चाहता जेड़ा राज करना होंदा दुए नूं दबा के रखना जेड़ा दूजे नूं दबा के रखना चाहता है दूजे के हकों के हकों नूं दबा के अपनी मर्जी अनुसार चलाना चाहता है वह जालम है जालम की सिद्धी है किसी ने मैसेज पाया जी छोटा जा आ किसानी जेड़ा अंदोलन चल रहा वह कहिंदा भी बदामा का लंगर लाण वाले एक मजदूर का हक पूरा नहीं दिंदे तुसी मतलब उन्होंने एक एक टॉन्ट मारिया भी तुसी एक गरीब का हक नहीं दिंदे पूरा
ਉਦਾਂ ਤੁਸੀਂ ਬਦਾਮਾਂ ਦਾ ਲੰਗਰ ਲਾਉਂਦੇ ਹੋ ਵੀ ਕਿਸੇ ਦਾ ਹੱਕ ਹਲੇ ਵੀ ਮਾਰ ਰਹੇ ਹੋ ਵੀ ਤੁਸੀਂ ਆਪ ਦਾ ਹੱਕ ਮੰਗ ਰਹੇ ਹੋ। ਇਹ ਹੱਕ ਦਿੰਦੇ ਨੇ ਕਿਸੇ ਦਾ? ਹਾਂਜੀ ਉਹੀ ਗੱਲ ਹੈ। ਇਹ ਤਾਂ ਕਹਿੰਦਾ ਜਿਹਦੀ ਲਾਠੀ ਉਹਦੀ ਭੈਣ ਵੀ ਅਸੀਂ ਮਤਲਬ ਹੈ ਜਿਹੜਾ ਸਾਡੇ ਅੱਗੇ ਕੀ ਕਹਿਣ ਤੇ ਖਾਲਿਸਤਾਨ ਵਾਲੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਦਿਓ। ਇਹ ਤਾਂ ਜ਼ੁਲਮ ਹੈ, ਇਹ ਤਾਂ ਜ਼ੁਲਮ ਹੈ। ਜ਼ੁਲਮ ਹੋਰ ਕੀ ਹੁੰਦਾ? ਇਸਲਾਮ ਵਾਲੇ ਵੀ ਇਹੀ ਕਹਿੰਦੇ ਵੀ ਜਿਹੜਾ ਇਸਲਾਮ ਨੂੰ ਨਹੀਂ ਮੰਨਦਾ ਗੋਲੀ ਮਾਰ ਦਿਓ। ਉਹਦਾ ਇਹਨਾਂ ਦਾ ਕੀ ਫਰਕ ਹੈ? ਜਦ ਗੌਰਮੈਂਟ ਨੇ ਗੋਲੀਆਂ ਮਾਰ ਕੇ ਮਾਰਤੇ ਕਿਹਨੇ ਨਹੀਂ ਪੁੱਛੇ? ਆਪਣੇ ਤਾਂ ਹੋਇਆ ਜ਼ੁਲਮ ਹੈ, ਜਿਹੜੇ ਇਹਨਾਂ ਨੇ ਮਾਰਤੇ ਉਹ ਜ਼ੁਲਮ ਨਹੀਂ ਸੀ। ਕਿਉਂ ਬਈ ਉਹ ਕਹਿੰਦੇ ਨਹੀਂ ਸੀ ਜ਼ੁਲਮ? ਜੇ ਅਸੀਂ ਮਾਰ ਦਈਏ ਕਿਸੇ ਨੂੰ ਨਹੀਂ ਜ਼ੁਲਮ, ਸਾਨੂੰ ਕੋਈ ਮਾਰੇ ਫਿਰ ਜ਼ੁਲਮ ਹੈ। ਇਹ ਕਿੱਥੇ ਦਾ ਅਨਸਾਰ ਹੈ?